ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਦੋਸਤ ਹਰਨੇਕ ਸਿੰਘ ਭੁੱਲਰ, ਔਰ ਤੁਸੀਂ ਦੇਖ ਰਹੇ ਹੋ ਸਾਡੀ ਧਰਤੀ, ਸਾਡੇ ਲੋਕ ਚਰਨ। ਸੋ ਅੱਜ ਜਿਹੜਾ ਬਹੁਤ ਹੀ ਪਵਿੱਤਰ ਦਿਹਾੜਾ, ਖਾਸ ਤੌਰ 'ਤੇ ਸਿੱਖਾਂ ਵਾਸਤੇ ਔਰ ਕਿਸਾਨਾਂ ਵਾਸਤੇ, ਵਿਸਾਖੀ ਦਾ ਦਿਹਾੜਾ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਖਾਲਸਾ ਪੰਥ ਦੀ ਜਿਹੜੀ ਸਾਜਨਾ ਕਰਕੇ ਜਿਹੜਾ ਉਹ ਸਿੱਖਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਸੀਗਾ, ਔਰ ਨਾਲ ਹੀ ਕਿਸਾਨਾਂ ਵਾਸਤੇ ਜਿਹੜਾ ਬਹੁਤ ਹੀ ਵੱਡਾ ਜਿਹੜਾ ਇਹ ਫਸਲਾਂ ਵਾਲਾ ਹਾੜੀ ਦੀਆਂ ਫਸਲਾਂ ਨਾਲ ਜੁੜਿਆ ਹੋਇਆ। ਕਣਕ ਦੀ ਫਸਲ ਜਦੋਂ ਪੱਕਦੀ ਹੈ ਤਾਂ ਕਿਸਾਨ ਖੇਤਾਂ 'ਚ ਲੈ ਕੇ ਜਾਂਦਾ, ਔਰ ਕਿਸਾਨਾਂ ਵਾਸਤੇ ਬਹੁਤ ਵੱਡਾ ਪਵਿੱਤਰ ਦਿਹਾੜਾ। ਉਸ ਤਰ੍ਹਾਂ ਅੱਜ ਅਸੀਂ ਬਾਬਾ ਸ਼ਾਮ ਸਿੰਘ ਮੋਰੀਆ ਸਕੂਲ ਫਤਿਹਵਾਲਾ ਪਹੁੰਚੇ ਹਾਂ। ਇੱਥੇ ਜਿਹੜਾ ਇਹ ਵਿਸਾਖੀ ਦਾ ਦਿਹਾੜਾ ਹੈ, ਸਾਨੂੰ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਦਿੱਤੀ ਹੈ, ਅਤੇ ਅਸੀਂ ਜਿਹੜਾ ਇਹ ਦਿਹਾੜਾ ਇੱਥੇ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਔਰ ਸਮੂਹ ਸਟਾਫ ਵੱਲੋਂ, ਸਕੂਲ ਸਟਾਫ ਵੱਲੋਂ ਬਣਾਇਆ ਗਿਆ, ਮੈਨੇਜਮੈਂਟ ਕਮੇਟੀ ਵੱਲੋਂ ਬਣਾਇਆ ਗਿਆ। ਸੋ ਇੱਥੇ ਬੱਚਿਆਂ ਨੇ ਕਵੀਸ਼ਰੀ ਪੇਸ਼ ਕੀਤੀ ਹੈ, ਸ਼ਬਦ ਗਾਇਨ, ਔਰ ਗੱਤਕੇ ਦੀਆਂ ਟੀਮਾਂ ਨੇ, ਬੱਚਿਆਂ ਨੇ ਬੱਚੀਆਂ ਨੇ ਗੱਤਕਾ ਖੇਡਿਆ। ਸੋ ਬਹੁਤ ਹੀ ਵਧੀਆ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਬਾਬਾ ਸ਼ਾਮ ਸਿੰਘ ਮੋਰੀਆ ਸਕੂਲ ਫਤਿਹਵਾਲਾ ਵੱਲੋਂ। ਸੋ ਅਸੀਂ ਇੱਥੇ ਪਹੁੰਚੇ ਹਾਂ ਔਰ ਰਿਕਾਰਡਿੰਗ ਕੀਤੀ ਹੈ, ਤੁਸੀਂ ਦੇਖੋ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ਼ਕ ਦਾ ਚੜਿਆ ਸੀ ਕਰੇ ਮੌਤ ਬੁਲਾਵੇ ਮਰਦਾਂ ਦੇ, ਜੀਵਨ ਦਾ ਪਰਚਾ ਪੜਿਆ ਸੀ ਠੰਡੇ ਦੀਆਂ ਧਾਰਾਂ ਚੋਂ, ਹੱਟ ਬਹਿ ਨਿਕਲੇ ਅਰਮਾਨਾਂ ਦੇ, ਜ਼ੁਲਮ ਦੇ ਨਕਸ਼ੇ ਮਿਟਾਵਣ ਲਈ ਦਿਲ ਤਰਫੇ ਵੇਖ ਤੂਫਾਨਾਂ ਦੇ, ਜਦ ਪਿਆਂ ਦੇ ਗਹਿਰੇ ਸਾਗਰ ਨੂੰ ਫਿਰ ਰੜਕਿਆ ਸਤਿਗੁਰ ਪੂਰੇ ਨੇ, ਬਖਸ਼ਿਸ਼ ਦੇ ਗਹਿਰੇ ਤਲ ਵਿੱਚੋਂ ਪੰਜ ਰਤਨ ਕੱਢੇ ਗੁਰ ਸੂਰੇ ਨੇ। ਸਦੀਆਂ ਤੋਂ ਸੋਚਾਂ ਗੁੰਮ ਹੋਈਆਂ ਖੰਡੇ ਚ ਦੀਪੋਲ ਚ ਪਾਈਆਂ ਨੇ, ਛੱਡ ਖਿਆਲ ਪੁਰਾਣੀ ਜ਼ਿੰਦਗੀ ਦੇ ਅੰਗ ਸੰਗ ਭਰੀਆਂ ਅੰਗੜਾਈਆਂ ਨੇ, ਪੰਜ ਰਹਿਤਾਂ ਚਾਰ ਕੁਰਹਿਤਾਂ ਦੀ ਇੱਕ ਦੁਨੀਆ ਨਵੀਂ ਆਬਾਦ ਹੋਈ, ਭਰਮਾਂ ਦੇ ਬਣ ਕੇ ਪਿੰਜਰੇ ਨੂੰ ਰੂਹ ਅਰਸ਼ੀ ਜਦ ਆਜ਼ਾਦ ਹੋਈ, ਨਹੀਂ ਕਸਰ ਛੱਡੀ ਕੋਈ ਪਰਖਾਂ ਦੀ ਰੱਖ ਸੀ ਤਰਾਜੂ ਤੋਲੇ ਨੇ, ਅਹਿਨਾਂ ਵਿੱਚ ਅੰਮ੍ਰਿਤ ਭਰ ਕੇ ਤੇ ਬੰਦ ਗਿਆਨ ਦੇ ਚਸ਼ਮੇ ਖੋਲੇ ਨੇ, ਰੱਖ ਕਈ ਧਰਮ ਦੀ ਦਇਆ ਉੱਤੇ ਹਿੰਮਤ ਦਾ ਲੀੜਾ ਭਰ ਦਿੱਤਾ, ਵਿੱਚ ਜੋਤ ਜਗਾ ਕੇ ਸ਼ਬਦਾਂ ਦੀ ਅਕਲਾਂ ਨੂੰ ਰੋਸ਼ਨ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੇ ਤੁਸੀਂ ਇਹਨਾਂ ਦਿਨਾਂ ਦੇ ਉੱਪਰ ਕੁਝ ਚੰਗਾ ਕਰੋਗੇ, ਕੁਝ ਚੰਗਾ ਸੋਚੋਗੇ ਔਰ ਕੁਝ ਚੰਗਾ ਬਣਨ ਬਾਰੇ ਜੋ ਅੱਜ ਤੋਂ ਤੁਸੀਂ ਜਿਹੜੇ ਬੱਚੇ ਆਪਣੇ ਕੇਸ ਕਤਲ ਕਰਾਉਂਦੇ ਸੀ ਉਹ ਅੱਜ ਤੋਂ ਪ੍ਰੋਮਿਸ ਕਰੋ ਕਿ ਅੱਗੇ ਤੋਂ ਕੇਸ ਨਹੀਂ ਕਤਲ ਕਰਾਉਣਗੇ ਔਰ ਦਸਤਾਰ ਆਪਣੇ ਸਿਰ ਤੇ ਸਜਾਉਣਗੇ। ਹੱਥ ਖੜੇ ਕਰੋ, ਕਿਹੜੇ ਬੱਚੇ ਸਜਾਉਣਗੇ? ਗੜ ਥਰਡ ਪੋਜੀਸ਼ਨ।